ਤਸਵੀਰਾਂ ਤੋਂ ਭਿਆਨਕ ਤਬਾਹੀ ਦੇ ਮੰਜ਼ਰ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਵੇਂ ਮੀਂਹ ਨੇ ਵੱਡਾ ਰੂਪ ਦਿਖਾਇਆ ਅਤੇ ਸਾਰਾ ਕੁਝ ਹੀ ਤਬਾਹ ਕਰ ਦਿੱਤਾ ਹੈ। ਜੀ ਹਾਂ, ਦੱਸ ਦਈਏ ਕਿ ਇੱਕ ਨੈਸ਼ਨਲ ਹਾਈਵੇ ਨੂੰ ਵੀ ਪਾਣੀ ਆਪਣੇ ਨਾਲ ਹੀ ਰੋੜ ਕੇ ਲੈ ਗਿਆ। ਦੱਸ ਦਈਏ ਕਿ ਕਈ ਥਾਵਾਂ ਦੇ ਉੱਤੇ ਜਿੱਥੇ ਬਰਸਾਤ ਨਹੀਂ ਹੋ ਰਹੀ ਉੱਥੇ ਲੋਕ ਪਾਣੀ ਨੂੰ ਤਰਸੇ ਹੋਏ ਨੇ, ਪਰ ਦੂਜੇ ਪਾਸੇ ਜਿੱਥੇ ਬਰਸਾਤ ਹੋ ਰਹੀ ਹੈ ਉੱਥੇ ਤਬਾਹੀ ਹੀ ਪਾਣੀ ਨੇ ਮਚਾ ਕੇ ਰੱਖ ਦਿੱਤੀ ਹੈ। ਜੀ ਹਾਂ, ਤਸਵੀਰਾਂ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਸੜਕ ਵਿਚਕਾਰ ਤੋਂ ਟੁੱਟ ਗਈ ਹੈ। ਜਦਕਿ ਤੁਹਾਨੂੰ ਦੱਸ ਦਈਏ ਕਿ ਇੱਕ ਸੜਕ ਨਹੀਂ ਹੈ, ਇਹ ਇੱਕ ਨੈਸ਼ਨਲ ਹਾਈਵੇ ਹੈ ਜਿਸ ਦੇ ਉੱਤੇ ਕਰੋੜਾਂ ਰੁਪਏ ਦੀ ਲਾਗਤ ਲੱਗੀ ਹੋਈ ਹੈ, ਪਰ ਬਰਸਾਤ ਨੇ ਇਸ ਨੈਸ਼ਨਲ ਹਾਈਵੇ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਕਈ ਸ਼ਹਿਰਾਂ ਦਾ ਸੰਪਰਕ ਆਪਸ ਦੇ ਵਿੱਚ ਟੁੱਟ ਗਿਆ, ਤਾਂ ਪਹਿਲੀ ਬਰਸਾਤ ਲੋਕਾਂ ਦੇ ਲਈ ਕਾਲ ਬਣ ਕੇ ਆਈ ਹੈ। ਕਿੰਨੇ ਹੀ ਲੋਕਾਂ ਨੂੰ ਘਰੋਂ ਬੇਘਰ ਕਰ ਦਿੱਤਾ ਹੈ ਅਤੇ ਨੈਸ਼ਨਲ ਹਾਈਵੇ ਵੀ ਸਾਫ਼ ਕਰ ਦਿੱਤਾ, ਜਿਸ ਦੇ ਕਾਰਨ ਹੁਣ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਤਾਂ ਦੱਸ ਦਈਏ ਕਿ ਪਹਿਲੀ ਬਰਸਾਤ ਦੀਆਂ ਤਸਵੀਰਾਂ ਅਰੁਣਾਚਲ ਪ੍ਰਦੇਸ਼ ਤੋਂ ਸਾਹਮਣੇ ਆਈਆਂ ਨੇ, ਜਿੱਥੇ ਕਿ ਨੈਸ਼ਨਲ ਹਾਈਵੇ ਨੂੰ ਹੀ ਬਰਸਾਤ ਨੇ ਤਬਾਹ ਕਰ ਦਿੱਤਾ ਹੈ। ਦੱਸ ਦਈਏ ਕਿ ਜਿੱਥੇ ਲਗਾਤਾਰ ਅਰੁਣਾਚਲ ਪ੍ਰਦੇਸ਼ ਦੇ ਵਿੱਚ ਬਰਸਾਤ ਹੋ ਰਹੀ ਹੈ ਉੱਥੇ ਲੈਂਡਸਲਾਈਡ ਦੀਆਂ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ, ਚਟਾਨਾਂ ਡਿੱਗੀਆਂ ਨੇ ਜਿਸ ਦੇ ਕਾਰਨ ਇਹ ਨੈਸ਼ਨਲ ਹਾਈਵੇ ਬੁਰੇ ਤਰੀਕੇ ਦੇ ਨਾਲ ਤਬਾਹ ਹੋ ਗਿਆ। ਦੱਸ ਦਈਏ ਕਿ ਬਰਸਾਤ ਉੱਥੇ ਲਗਾਤਾਰ ਹਾਲੇ ਵੀ ਜਾਰੀ ਹੈ, ਕਈ ਮੈਦਾਨੀ ਇਲਾਕਿਆਂ ਦੇ ਵਿੱਚ ਪਾਣੀ ਭਰ ਚੁੱਕਾ ਕਈ ਕਈ ਫੁੱਟ, ਉੱਥੇ ਹੀ ਪਹਾੜੀ ਇਲਾਕਿਆਂ ਦੇ ਵਿੱਚ ਬਰਸਾਤ ਜੋ ਹੈ ਉਹ ਆਪਣਾ ਵੱਡਾ ਰੂਪ ਦਿਖਾ ਰਹੀ ਹੈ, ਜਿਸ ਨੇ ਕਿ ਸਾਰਾ ਕੁਝ ਹੀ ਤਬਾਹ ਕਰ ਦਿੱਤਾ ਹੈ। ਤਸਵੀਰਾਂ ਤੋਂ ਭਿਆਨਕ ਤਬਾਹੀ ਦੇ ਮੰਜ਼ਰ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਵੇਂ ਮੀਂਹ ਨੇ ਵੱਡਾ ਰੂਪ ਦਿਖਾਇਆ ਅਤੇ ਸਾਰਾ ਕੁਝ ਹੀ ਤਬਾਹ ਕਰ ਦਿੱਤਾ ਹੈ। ਜੀ ਹਾਂ, ਦੱਸ ਦਈਏ ਕਿ ਇੱਕ ਨੈਸ਼ਨਲ ਹਾਈਵੇ ਨੂੰ ਵੀ ਪਾਣੀ ਆਪਣੇ ਨਾਲ ਹੀ ਰੋੜ ਕੇ ਲੈ ਗਿਆ। ਦੱਸ ਦਈਏ ਕਿ ਕਈ ਥਾਵਾਂ ਦੇ ਉੱਤੇ ਜਿੱਥੇ ਬਰਸਾਤ ਨਹੀਂ ਹੋ ਰਹੀ ਉੱਥੇ ਲੋਕ ਪਾਣੀ ਨੂੰ ਤਰਸੇ ਹੋਏ ਨੇ, ਪਰ ਦੂਜੇ ਪਾਸੇ ਜਿੱਥੇ ਬਰਸਾਤ ਹੋ ਰਹੀ ਹੈ ਉੱਥੇ ਤਬਾਹੀ ਹੀ ਪਾਣੀ ਨੇ ਮਚਾ ਕੇ ਰੱਖ ਦਿੱਤੀ ਹੈ। ਜੀ ਹਾਂ, ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸੜਕ ਵਿਚਕਾਰ ਤੋਂ ਟੁੱਟ ਗਈ ਹੈ। ਜਦਕਿ ਤੁਹਾਨੂੰ ਦੱਸ ਦਈਏ ਕਿ ਇੱਕ ਸੜਕ ਨਹੀਂ ਹੈ, ਇਹ ਇੱਕ ਨੈਸ਼ਨਲ ਹਾਈਵੇ ਹੈ ਜਿਸ ਦੇ ਉੱਤੇ ਕਰੋੜਾਂ ਰੁਪਏ ਦੀ ਲਾਗਤ ਲੱਗੀ ਹੋਈ ਹੈ, ਪਰ ਬਰਸਾਤ ਨੇ ਇਸ ਨੈਸ਼ਨਲ ਹਾਈਵੇ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਕਈ ਸ਼ਹਿਰਾਂ ਦਾ ਸੰਪਰਕ ਆਪਸ ਦੇ ਵਿੱਚ ਟੁੱਟ ਗਿਆ, ਤਾਂ ਪਹਿਲੀ ਬਰਸਾਤ ਲੋਕਾਂ ਦੇ ਲਈ ਕਾਲ ਬਣ ਕੇ ਆਈ ਹੈ। ਕਿੰਨੇ ਹੀ ਲੋਕਾਂ ਨੂੰ ਘਰੋਂ ਬੇਘਰ ਕਰ ਦਿੱਤਾ ਹੈ ਅਤੇ ਨੈਸ਼ਨਲ ਹਾਈਵੇ ਵੀ ਸਾਫ਼ ਕਰ ਦਿੱਤਾ, ਜਿਸ ਦੇ ਕਾਰਨ ਹੁਣ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਤਾਂ ਦੱਸ ਦਈਏ ਕਿ ਪਹਿਲੀ ਬਰਸਾਤ ਦੀਆਂ ਤਸਵੀਰਾਂ ਅਰੁਣਾਚਲ ਪ੍ਰਦੇਸ਼ ਤੋਂ ਸਾਹਮਣੇ ਆਈਆਂ ਨੇ, ਜਿੱਥੇ ਕਿ ਨੈਸ਼ਨਲ ਹਾਈਵੇ ਨੂੰ ਹੀ ਬਰਸਾਤ ਨੇ ਤਬਾਹ ਕਰ ਦਿੱਤਾ ਹੈ। ਦੱਸ ਦਈਏ ਕਿ ਜਿੱਥੇ ਲਗਾਤਾਰ ਅਰੁਣਾਚਲ ਪ੍ਰਦੇਸ਼ ਦੇ ਵਿੱਚ ਬਰਸਾਤ ਹੋ ਰਹੀ ਹੈ ਉੱਥੇ ਲੈਂਡਸਲਾਈਡ ਦੀਆਂ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ, ਚਟਾਨਾਂ ਡਿੱਗੀਆਂ ਨੇ ਜਿਸ ਦੇ ਕਾਰਨ ਇਹ ਨੈਸ਼ਨਲ ਹਾਈਵੇ ਬੁਰੇ ਤਰੀਕੇ ਦੇ ਨਾਲ ਤਬਾਹ ਹੋ ਗਿਆ। ਦੱਸ ਦਈਏ ਕਿ ਬਰਸਾਤ ਉੱਥੇ ਲਗਾਤਾਰ ਹਾਲੇ ਵੀ ਜਾਰੀ ਹੈ, ਕਈ ਮੈਦਾਨੀ ਇਲਾਕਿਆਂ ਦੇ ਵਿੱਚ ਪਾਣੀ ਭਰ ਚੁੱਕਾ ਕਈ ਕਈ ਫੁੱਟ, ਉੱਥੇ ਹੀ ਪਹਾੜੀ ਇਲਾਕਿਆਂ ਦੇ ਵਿੱਚ ਬਰਸਾਤ ਜੋ ਹੈ ਉਹ ਆਪਣਾ ਵੱਡਾ ਰੂਪ ਦਿਖਾ ਰਹੀ ਹੈ, ਜਿਸ ਨੇ ਕਿ ਸਾਰਾ ਕੁਝ ਹੀ ਤਬਾਹ ਕਰ ਦਿੱਤਾ ਹੈ।